मेरा ना दोस्त ही हो। परमात्मा हौसला दे, सेहत का ख्याल रखियो, जो आपका नौकरियां मिल रही हैं इसी घर से खुशियां कितने बैठ के देखो। ਕਿੱਥੇ ਦੇ ਰਹਿਣ ਵਾਲੇ ਹੋ? ਸਤਾਓ ਦੇ ਰਹਿਣ ਵਾਲਾ ਜੀ। ਕਿਵੇਂ ਦੇਖਦੇ ਹੋ ਤੁਹਾਡੇ ਪਿੰਡ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਆਏ ਸੀ ਤੁਹਾਡੇ ਕੋਲ ਬਹਿ ਕੇ ਤੁਹਾਨੂੰ ਰੋਕ ਕੇ ਗੱਡੀਆਂ ਰੋਕ ਕੇ ਗੱਲਬਾਤ ਕੀਤੀ? ਕੀ ਗੱਲਬਾਤ ਕੀਤੀ ਉਹਨੇ? ਗੱਲਬਾਤ ਜੀ ਕਰੀ ਜੀ, ਕਹਿੰਦੇ ਜੀ ਤੁਹਾਡਾ ਜਵਾਕ ਗੁਜ਼ਰ ਗਿਆ ਸੀ, ਤੁਹਾਨੂੰ ਕੋਈ ਨਾ ਜਵਾਕਾਂ ਨੂੰ ਕਹਿੰਦਾ ਪੜ੍ਹਾਈ ਪੜੂਈ ਵੀ ਮੁਹੱਤ ਕਰਾਂ ਦੇ, ਕਹਿੰਦਾ ਕੋਈ ਗੱਲ ਨਹੀਂ, ਕਹਿੰਦਾ ਜੀ ਵੀ ਦਿਲ ਰੱਖੋ। ਕਿਵੇਂ ਲੱਗਿਆ ਜਦੋਂ ਅੱਜ ਪਿੰਡ ਦੇ ਮੁੱਖ ਮੰਤਰੀ ਨੇ ਤੁਹਾਡੇ ਪਿੰਡ ਦਾ ਨੌਜਵਾਨ ਹੈ? ਕਿੰਨੀ ਕੁ ਖੁਸ਼ੀ ਹੁੰਦੀ ਆ? ਬੜੀ ਖੁਸ਼ੀ ਆ ਬੇਜਾ, ਜਿੰਨੀ ਵੀ ਕਹਿ ਦੇ। ਐਡੀ ਵੱਡੀਆਂ ਗੱਡੀਆਂ ਰੋਕ ਕੇ ਸਪੈਸ਼ਲ ਤੁਹਾਨੂੰ ਮਿਲੇ, ਕੀ ਕੀ ਗੱਲਾਂ ਹੋਈਆਂ? ਕਾਫੀ ਟਾਈਮ ਬੈਠੇ ਰਹੇ? ਹਾਂ ਜੀ, ਖਾਸਾ ਟਾਈਮ ਬੈਠੇ ਰਹੇ ਜੀ। ਦੁੱਖ ਤੇ ਵੀਰ ਦੀ ਪੁੱਛੀ, ਕਹਿੰਦਾ ਸਾਨੂੰ ਬਸ ਜਿਹੜਾ ਹੋ ਗਿਆ ਗੱਲ ਠੀਕ ਹੈ, ਵੀ ਤੁਹਾਡਾ ਕੰਮ ਜਵਾਕਾਂ ਤੋਂ ਲਾ ਪੜ੍ਹਾਈ ਫਰੀ ਕਰ ਦਿੱਤਾ। ਹਾਦਸਾ ਕੀ ਹੋਇਆ ਸੀ ਤੁਹਾਡੇ ਬੇਟੇ ਨਾਲ? ਕੀ ਹਾਦਸਾ? ਲਾਈਟ ਨਾਲ ਲੱਗ ਗਿਆ ਸੀ। ਉਹ ਤੋਂ ਬਾਅਦ ਕਿੰਨਾ ਟਾਈਮ ਹੋ ਗਿਆ ਡੈਥ ਹੋ ਗਈ? ਹੋ ਗਿਆ ਜੀ ਚੰਗਾ ਜੀ, ਕੰਮ ਬਹੁਤ ਕਰੂਗਾ ਜੀ ਆਪਣੇ। ਪਿੰਡ ਦੀ ਤਰੱਕੀ ਹੋਊਗੀ? ਹਾਂ ਜਮਾ ਜੀ ਤਰੱਕੀ ਹੋ, ਬਿਲਕੁਲ। ਮੇਰਾ ਤਾਂ ਦੋਸਤ ਹੀ ਹੋ। ਪਰਮਾਤਮਾ ਹੌਸਲਾ ਦੇ, ਸਿਹਤ ਦਾ ਖਿਆਲ ਰੱਖਿਓ, ਜਵਾਕਾਂ ਨੂੰ ਨੌਕਰੀਆਂ ਮਿਲ ਰਹੀਆਂ ਇਸੇ ਘਰ 'ਚ ਖੁਸ਼ੀਆਂ ਕਿੱਥੇ ਬਹਿਣ ਕੇ ਦੇਖੋ। ਕੋਈ ਕਿਸੇ ਕਿਸਮ ਦਾ ਕੋਈ ਹੋਵੇ ਦਰੁਸਤੀ ਬਖਸ਼ੇ ਪਰਮਾਤਮਾ।